ਇੱਕ ਐਕਸਯੂਵੀ ਕਾਰ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਪਲਟੀਆਂ ਖਾਂਦੀ ਹੋਈ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਕਾਰਨ ਕਾਰ ਦੇ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਾਰ 'ਚ ਸਵਾਰ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੈ। ਇਸ ਦੌਰਾਨ ਰਾਹਗੀਰਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਕਾਰ ਸਵਾਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਨੇੜੇ ਦੇ ਹਸਪਤਾਲ ਪਹੁੰਚਾਇਆ। ਇਹ ਪਰਿਵਾਰ ਗੱਡੀ 'ਚ ਆਪਣੇ ਪਿੰਡ ਚਿੰਗੜ ਕਲਾਂ ਤੋਂ ਪਿੰਡ ਸੰਘੋਵਾਲ ਜਾ ਰਿਹਾ ਸੀ, ਪਰ ਪਿੰਡ ਤੋਂ ਕੁਝ ਹੀ ਦੂਰੀ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਭਿਆਨਕ ਹਾਦਸਾ ਕਪੂਰਥਲਾ ਦੇ ਸੁਭਾਨਪੁਰ ਸੜਕ ਤੇ ਵਾਪਰਿਆ, ਜਿਸ ਤੋਂ ਬਾਅਦ ਪੁਲਿਸ ਵੀ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸੜਕ ਹਾਦਸਾ ਵਾਪਰਿਆ ਕਿਵੇਂ। ਜਿਹੜਾ ਹਾਦਸਾ ਹੋਇਆ ਜੀ, ਇਹ ਗੱਡੀ ਨੰਬਰ ਹੀ ਹੈਗੀ ਹੈ, ਮਹਿੰਦਰਾ ਐਕਸਯੂਵੀ 500, ਨੰਬਰ ਹੈਗਾ ਜੀ PB010 BM6061। ਇਹਨੂੰ ਲਵਪ੍ਰੀਤ ਚਲਾ ਰਿਹਾ ਸੀ, ਲਵਦੀਪ ਸਿੰਘ, ਠੀਕ ਹੈ ਜੀ। ਅਤੇ ਇਹਦੀ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ ਜੀ। ਜਿਹੜਾ ਹਾਦਸਾ ਵਾਪਰਿਆ, ਇਹ ਕਿੰਨੇ ਜਣਿਆਂ ਦੀ ਜਿਹੜੀ ਮੌਤ ਹੋਈ ਆ ਅਤੇ ਪਰ ਕਿੱਥੋਂ ਕਿੱਥੇ ਜਾ ਰਹੇ ਸੀ? ਇਹਦੇ ਵਿੱਚ ਦੋ ਜਣਿਆਂ ਦੀ ਜਿਹੜੀ ਮੌਤ ਹੋਈ ਜੀ, ਇੱਕ ਤਾਂ ਆਪਣੇ ਲਵਪ੍ਰੀਤ ਸਿੰਘ ਆ ਜੀ, ਅਤੇ ਦੂਜਾ ਹੈਗਾ ਜੀ ਉਹਦੇ ਨਾਲ ਲਖਬੀਰ ਸਿੰਘ ਉਰਫ ਲੱਡੂ, ਪੁੱਤਰ ਹਰਨਾਮ ਸਿੰਘ ਵਾਸੀ ਚਿੰਗੜ ਕਲਾਂ। ਇਹ ਦੋ ਇੱਕੋ ਪਿੰਡ ਦੇ ਸੀਗੇ, ਠੀਕ ਹੈ ਜੀ। ਇਹ ਆਪਣੇ ਨਾ ਰਿਸ਼ਤੇਦਾਰਾਂ ਦੇ ਜਾ ਰਹੇ ਸੀ ਸੰਘੋਵਾਲ। ਨਹੀਂ ਜੀ, ਇਹਨਾਂ ਦੀ ਲਵਪ੍ਰੀਤ ਦੀ ਪਤਨੀ ਜਿਹੜੀ ਹੈਗੀ ਜੀ, ਲਵਦੀਪ ਸਿੰਘ ਜੀ, ਉਹਨੇ ਲਿਖਾਇਆ ਜੀ ਰਜਿੰਦਰ ਕੌਰ ਨੇ ਆਪਣਾ ਬਿਆਨ ਵੀ ਸਾਡੀ ਗੱਡੀ ਦੇ ਅੱਗੇ ਕੋਈ ਅਵਾਰਾ ਜਾਨਵਰ ਆ ਗਿਆ ਸੀ, ਅਤੇ ਜਿਹਦੇ ਕਰਕੇ ਸਾਡਾ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ। ਫਿਲਹਾਲ ਕੀ ਕਾਰਵਾਈ ਕੀਤੀ ਗਈ? ਅਸੀਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜੀ। ਇੱਕ ਐਕਸਯੂਵੀ ਕਾਰ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ। ਪਲਟੀਆਂ ਖਾਂਦੀ ਹੋਈ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਕਾਰਨ ਕਾਰ ਦੇ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਾਰ 'ਚ ਸਵਾਰ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੈ। ਇਸ ਦੌਰਾਨ ਰਾਹਗੀਰਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਕਾਰ ਸਵਾਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਨੇੜੇ ਦੇ ਹਸਪਤਾਲ ਪਹੁੰਚਾਇਆ। ਇਹ ਪਰਿਵਾਰ ਗੱਡੀ 'ਚ ਆਪਣੇ ਪਿੰਡ ਚਿੰਗੜ ਕਲਾਂ ਤੋਂ ਪਿੰਡ ਸੰਘੋਵਾਲ ਜਾ ਰਿਹਾ ਸੀ, ਪਰ ਪਿੰਡ ਤੋਂ ਕੁਝ ਹੀ ਦੂਰੀ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਭਿਆਨਕ ਹਾਦਸਾ ਕਪੂਰਥਲਾ ਦੇ ਸੁਭਾਨਪੁਰ ਸੜਕ ਤੇ ਵਾਪਰਿਆ, ਜਿਸ ਤੋਂ ਬਾਅਦ ਪੁਲਿਸ ਵੀ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸੜਕ ਹਾਦਸਾ ਵਾਪਰਿਆ ਕਿਵੇਂ। ਜਿਹੜਾ ਹਾਦਸਾ ਹੋਇਆ ਜੀ, ਇਹ ਗੱਡੀ ਨੰਬਰ ਹੀ ਹੈਗੀ ਹੈ, ਮਹਿੰਦਰਾ ਐਕਸਯੂਵੀ 500, ਨੰਬਰ ਹੈਗਾ ਜੀ PB010 BM6061। ਇਹਨੂੰ ਲਵਪ੍ਰੀਤ ਚਲਾ ਰਿਹਾ ਸੀ, ਲਵਦੀਪ ਸਿੰਘ, ਠੀਕ ਹੈ ਜੀ। ਅਤੇ ਇਹਦੀ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ ਜੀ। ਜਿਹੜਾ ਹਾਦਸਾ ਵਾਪਰਿਆ, ਇਹ ਕਿੰਨੇ ਜਣਿਆਂ ਦੀ ਜਿਹੜੀ ਮੌਤ ਹੋਈ ਆ ਅਤੇ ਪਰ ਕਿੱਥੋਂ ਕਿੱਥੇ ਜਾ ਰਹੇ ਸੀ? ਇਹਦੇ ਵਿੱਚ ਦੋ ਜਣਿਆਂ ਦੀ ਜਿਹੜੀ ਮੌਤ ਹੋਈ ਜੀ, ਇੱਕ ਤਾਂ ਆਪਣੇ ਲਵਪ੍ਰੀਤ ਸਿੰਘ ਆ ਜੀ, ਅਤੇ ਦੂਜਾ ਹੈਗਾ ਜੀ ਉਹਦੇ ਨਾਲ ਲਖਬੀਰ ਸਿੰਘ ਉਰਫ ਲੱਡੂ, ਪੁੱਤਰ ਹਰਨਾਮ ਸਿੰਘ ਵਾਸੀ ਚਿੰਗੜ ਕਲਾਂ। ਇਹ ਦੋ ਇੱਕੋ ਪਿੰਡ ਦੇ ਸੀਗੇ, ਠੀਕ ਹੈ ਜੀ। ਇਹ ਆਪਣੇ ਨਾ ਰਿਸ਼ਤੇਦਾਰਾਂ ਦੇ ਜਾ ਰਹੇ ਸੀ ਸੰਘੋਵਾਲ। ਨਹੀਂ ਜੀ, ਇਹਨਾਂ ਦੀ ਲਵਪ੍ਰੀਤ ਦੀ ਪਤਨੀ ਜਿਹੜੀ ਹੈਗੀ ਜੀ, ਲਵਦੀਪ ਸਿੰਘ ਜੀ, ਉਹਨੇ ਲਿਖਾਇਆ ਜੀ ਰਜਿੰਦਰ ਕੌਰ ਨੇ ਆਪਣਾ ਬਿਆਨ ਵੀ ਸਾਡੀ ਗੱਡੀ ਦੇ ਅੱਗੇ ਕੋਈ ਅਵਾਰਾ ਜਾਨਵਰ ਆ ਗਿਆ ਸੀ, ਅਤੇ ਜਿਹਦੇ ਕਰਕੇ ਸਾਡਾ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ। ਫਿਲਹਾਲ ਕੀ ਕਾਰਵਾਈ ਕੀਤੀ ਗਈ? ਅਸੀਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜੀ।